ਡੋਰੀ ਹੈ ਤੇ ਇਹ ਗੰਢ ਮਾਰਨੀ ਹੈ, ਮਸ਼ੀਨ ਆਪੂ ਹੀ ਮਾਰਨੀ ਹੈ। ਇਹ ਚੈੱਕ ਕਰੀ ਸਕਦੇ ਹੋ, ਗੰਢ ਲੱਗੀ ਵੀ ਹੈ। ਹਾਂਜੀ, ਅਸਲਾਮ ਅਲੈਕੁਮ ਅਮਰੀਕਾ ਤੋਂ ਸਾਰੇ ਪਿੰਡਾਂ ਦਾ ਠੀਕ ਹੋ, ਮੈਂ ਮਨਸੂਰ ਜੱਟ ਜੀ ਵੀ ਕਰਨਾ ਸੋ ਕੜਕਾ ਪੱਕੀ ਕੇ ਲਾਭ ਹੋ ਤੁਹਾਨੂੰ ਸੋ ਅਸੀਂ ਆਪਣਾ ਸੋ ਮਸ਼ੀਨ ਦੇ ਕੰਮ ਕਰੀ ਰਿਹਾ ਕਿ ਜੀ ਨੂੰ ਕੀ ਲਾਈ ਦੂਜੀ ਨੇ ਫਿੱਟੂ ਮਸ਼ੀਨ ਨਾਲ ਗੱਡੀ ਬਣੀ ਹੈ ਨਾਲ ਕੱਪੜੇ ਆ ਗਏ ਸੋ ਤੇ ਇਹ ਗੇਰ ਵੀ ਉਹ ਦੇਖ ਰਿਹਾ ਲੱਗੇ ਆ ਤਾਂ ਕੋਈ ਕੰਮ ਨਹੀਂ ਹੋ ਜੀ ਨਾਲ ਨਾਲ ਦੱਸੀ ਰਿਹਾ ਨਾਲ ਬਣ ਜਾਣੀਆਂ ਤੱਕੇ ਉਹ ਤੱਕੇ ਨਾਲ ਨਾਲ ਗੱਡੀਆਂ ਬਣ ਜਾਣੀਆਂ ਇਹ ਆ ਤੱਕੋ ਨਾਲ ਨਾਲ ਸਾਰੀਆਂ ਗੱਡੀਆਂ ਨਾਲ ਬਣ ਜਾਣੀਆਂ ਨਾਲ ਕੱਪੜੀ ਜਾਣੀ ਹੈ। ਮੌਸਮ ਬਾਕੀ ਤੱਕ ਸਹੀ ਕੁਝ ਹੋਇਆ, ਕੁਝ ਬੰਦੇ ਉਸ ਨਾਲ ਮੁਲਾਕਾਤ ਕਰਤਾ ਕਹਿੰਦੇ ਜੀ ਉਹਨਾਂ ਗੱਲਾਂ ਬਾਤਾਂ ਕਰ ਸਕਦੇ ਦੱਸਾਂ ਕਿਆ ਸਿਸਟਮ ਹੈ। ਅਜੇ ਵੀਡੀਓ ਸੀ ਬੜੇ ਮਜ਼ੇ ਨਹੀਂ ਔਰ ਚਾਚਾ ਠੀਕ ਹੋ ਸੇ ਠੀਕ ਹੈ ਅੱਲਾ ਸ਼ੁਕਰ ਹੈ। ਕਿਆ ਕੁਝ ਹੋ ਰਿਹਾ? ਬਸ ਕਣਕਾਂ ਜਣਕਾਂ ਕੱਪੜੇ ਕਣਕ ਪਈ ਰਿਹਾ ਜੀ। ਤੁਸੀਂ ਕਿਹਾ ਹਾਲ ਹੈ ਸਰਕਾਰ? ਠੀਕ ਠਾਕ ਜੀ। ਔਰ ਸਹੀ ਲੈ ਰਹੇ ਜੋ ਫੁੱਲ ਲੈ ਰਹੇ ਜੋ ਅੱਜ ਕਿਆ ਕਰੀਏ ਜੀ, ਕਣ ਕੱਪੜੇ ਪਿਆ। ਅੱਛਾ, ਬਾਰਿਸ਼ਾਂ ਨਹੀਂ ਖਲੀਆਂ ਉਪਰੋਂ ਜਨਾਬ ਮਨ। ਓ ਹੋ ਹੋ, ਇਹ ਗੱਲ ਬਸ ਹੋ ਕੇ ਜੱਲਾ ਦੀ ਜ਼ਾਤ ਕੋਈ ਮੌਕਾ ਦਿੱਤਾ ਤਾਂ ਮੈਂ ਹਾਂ ਚਲੋ ਜੜਾ ਨਾ। ਬਿਲਕੁਲ, ਇਹ ਮੁਕਾਈ ਕਿਨਾ ਕੰਮ ਕਿਤਨੀ ਹੋ ਰਹੀਆਂ ਇਸਨੇ ਵਿਗੇ ਹੋਣਾ ਬਾੜੀ ਹੋਣੀਆਂ ਸੁਣੀਆਂ ਜੀ ਵਿਗੇ ਕੋਈ ਐਸੀ ਵੀ 22 ਵਿਗੇ ਵੀ ਬਾਈ ਹਾਂ 10 ਵਿਗੇ ਜਿਹੜੀ ਆ ਉਹ ਗਾਈ ਤੱਕ ਨਹੀਂ ਗਿਆ। ਬਿਲਕੁਲ, 10-12 ਵਿਗੇ ਤਾਂ ਹੁਣ ਮੋਜ ਹੋਈ ਗਈ ਨਾ, ਜਦੀਦ ਟੈਕਨੋਲੋਜੀ ਹੋਈ ਗਈ ਆ ਹਰ ਚੀਜ਼। ਉਹ ਬਸ ਹੀ ਹੈ ਜੀ, ਹੁਣ ਮੋਜ ਵੀ ਹੈ ਤਾਂ ਇਸ ਦੀ ਜ਼ਲਾਲਤ ਵੀ ਹੈ। ਜ਼ਲਾਲਤ ਕੀ ਆ? ਇਹ ਗੱਡੀਆਂ ਨਹੀਂ ਸੇਫ ਬਦੀਆਂ, ਕੱਪੜ ਨਹੀਂ ਹੋਣੀ, ਗਾਣ ਨਹੀਂ ਹੋਣੀ। ਦੱਸੋ ਜਿਆਦਾ ਗੱਡੀ ਲਾ, ਇਹ ਤਾਂ ਕੁਝ ਗੱਡੀ ਜਿਹੜੀ ਬੱਦੀ ਹੈ ਇਸ। ਅੱਛਾ, ਇਹ ਗੱਡੀ 'ਚ ਨਾਲ ਡੋਰੀ ਹੋਣੀ ਹੈ? ਡੋਰੀ ਹੋਣੀ ਨਾ। ਇਹ ਤਾਂ ਕੁਝ ਇੱਕ ਡੋਰੀ ਹੈ, ਇਹ ਤਾਂ ਕੋਈ ਗੱਡੀ ਡੋਰੀ ਹੈ, ਇਹ ਮਸ਼ੀਨ ਸੇ ਪਤਾ ਨਾਲ ਗੱਡੀਆਂ ਹੀ ਬਣੀਆਂ। ਇਹ ਅਗਰ ਬਸ ਡੋਰੀ ਲੈ ਜਾਣੀ ਹੈ, ਭੋ ਵੀ ਜਾਣੀ ਹੈ ਤਾਂ ਭੋ ਵੀ ਨਹੀਂ ਜਾਣੀ ਹੈ, ਉੱਡ ਜਾਣੀ ਹੈ। ਇਹ ਜਿਹੜਾ ਥ੍ਰੈਸ਼ਰ ਲਾਓ ਨਾ ਤਾਂ ਉੱਪਰ ਹੀ ਐਮਰਾ ਨਾਲ ਪਲੇਟਣ ਜਾਣੀ ਹੈ ਸਾਰੀ। ਬਿਲਕੁਲ ਬਿਲਕੁਲ, ਹਾਂ ਭੋ ਨਹੀਂ ਜਾਣੀ। ਬਿਲਕੁਲ, ਇਸ ਨਹੀਂ ਇਹ ਬੜੀ ਮੌਜ ਆ ਕੇ ਇਹ ਮਸ਼ੀਨ ਲਈ ਨੇ ਕੁਛ ਇੱਕ ਗਾ ਖਤਮ ਹੋਇਆ ਤਾਂ ਮੋੜੀ ਕੱਢੀ ਤਾਂ ਫਿਰ ਬਾਹਰ ਸੱਟੀ ਹੋਣਾ। ਵਾਹ ਜੀ ਵਾਹ, ਤਾਂ ਜਿਹੜਾ ਦੂਏ ਗਾ ਪਰ ਲੱਗਾ ਤਾਂ ਫਿਰ ਜਲਾਮ ਲਾਈ ਹੋਣਾ। ਇਹਦੇ ਨਾਲ ਮਸ਼ੀਨ ਲਈ ਨੇ, ਮਤਲਬ ਇਹ ਕੋਈ ਸਸਤੀ ਪੈਣੀ ਹੈ ਮਹਿੰਗੀ ਪੈਣੀ ਹੈ? ਇਹ ਸਸਤੀ ਪੈਣੀ ਹੈ ਮਜ਼ਦੂਰਾਂ ਨਾਲੋਂ। ਠੀਕ, ਮਜ਼ਦੂਰ 8000 ਰੁਪਇਆ ਵਿਗਾ ਕਿੰਨੇ ਦਿਹਾੜੀ, ਰੋਟੀਆਂ, ਚਾਹ, ਪਾਣੀ, ਰਾਸ਼ ਸਾਰਾ ਕੁਝ ਉਹ 12-13 ਹਜ਼ਾਰਾਂ ਚ ਵਿਗਾ ਪੈਣਾ ਚਾਹੀਦਾ। ਬਿਲਕੁਲ, ਇਹ 6000 ਰੁਪਇਆ ਵਿਗਾ ਕਿੰਨੇ ਨੂੰ? ਬਿਲਕੁਲ, ਤਾਂ ਦੋ ਬੰਦੇ ਹੋਣੇ ਨੇ, ਦਿਹਾੜੀ ਦਿਹਾੜੀ ਵਿਗਿਆ ਨੇ ਸਾਰਾ ਕੱਪੀ ਦਾ ਰਾਹ ਪਈ ਜਾਣੇ, ਰਾਹ ਪਈ ਜਾਣੇ। ਹਾਂ, ਤੁਸਾਂ ਜਿਹੜੀ ਰਹੀ ਸੀ ਕੋਈ ਬੱਚੀ ਗਈ ਆ ਜਾਂ ਸਿੱਧੀ ਗਈ ਪਹਿਲੇ ਜਿਹੜੀ ਕੱਪੀ ਨੇ ਕੋਈ? ਪਹਿਲੇ ਜਿਹੜੀ ਕੱਪੀ ਸੀ ਉਹ ਗਾਈ ਤੱਕ ਨਹੀਂ ਗਿਆ ਬਾਦਸ਼ਾਹ ਤੋਂ ਪਹਿਲੇ ਬੱਚੀ ਗਈ ਹੋਣਾ। ਹਾਂ, ਇਹ ਜਿਹਨੂੰ ਪੰਜਵੇਂ ਮਹੀਨੇ ਕੋਲ ਥ੍ਰੈਸ਼ਰ ਵੀ ਆਪਣੀ ਹੈ ਤਾਂ ਇਹ ਕੱਪੜਿਆਂ ਵਾਲਾ ਵੀ ਸੋਲ ਸਮਾਨ, ਇਹ ਤੁਸਾਂ ਆਪਣਾ ਸਿਸਟਮ ਹੈ ਸਾਰਾ। ਹਾਂ, ਅੱਛਾ ਮੋਜ ਹੋਈ ਹੈ ਤੁਸਾਂ ਕੀ? ਤੇ ਇਹ ਗੱਲ ਬਸ ਹੋ, ਇਹ ਦਾਣੇ ਛਣੇ ਵੇਚਣੇ ਜਾਂ ਕੋਰ ਰੱਖਣੇ ਹੋ? ਲੈ ਇਸ ਭੂਜ ਦਾ ਹੋਣੇ ਨਾ, ਫਾਲਤੂ ਹੋਈ ਜਾਂਦਾ ਵੇਚੀ ਹੋਣੇ, ਨਹੀਂ ਤਾਂ ਆਪਣੇ ਘਰ ਟਿਕੇ ਰਹਿਣੇ ਮਾਲ ਬੱਚਾ ਰੱਖਿਆ। ਪੋਸ਼ ਹੋ, ਉਹ ਵੀ ਕਾਰ ਰੱਖਣੇ ਹੋ? ਕਾਰ ਰੱਖਣੇ ਹੋ, ਕਾਰ ਰੱਖਣੇ ਹੋ। ਠੀਕ ਠੀਕ, ਆਉਣਾ ਜੀ। ਵਾਹ ਜੀ ਵਾਹ, ਮੰਨਣ 5-6 ਮਤਲਬ ਤਾਂ ਪੁਰਾਣਾ ਸਿਸਟਮ ਜਾਇ ਰੱਖੇ ਨੇ ਜਾਂ ਵੀ ਜਾ ਰਹੀ ਜਾ ਰਹੀ? ਪਹਿਲਾਂ ਤੁਹਾਨੂੰ ਕਾਰ ਇੱਥੇ ਕਿੱਥੇ ਹੋਣੇ ਸੀ? ਇੱਥੇ ਹੋਣੇ ਸੀ ਜਾਂ ਉੱਪਰ? ਇੱਥੇ ਹੀ ਅਸਾਂ ਨੇ ਕਾਰ, ਇੱਥੇ ਹੀ ਉੱਪਰ, ਹੁਣ ਉੱਪਰ ਹੋਣੇ ਦਾ। ਪਹਿਲੇ ਇੱਥੇ ਪੁੰਨ ਹੋਣੇ ਸੀ। ਕਿਆ ਮੱਲੇ ਨਾਂ ਸੀ ਪਹਿਲੇ? ਪਹਿਲੇ ਇਸ ਮੱਲੇ ਦਾ ਨਾਂ ਸੀ ਪੁੰਨਾ ਗ੍ਰਾਂਤ, ਹੁਣ
ਇਹ ਸਾਰੀ ਬਾਦੀ ਉਹ ਪਾਰ ਉਹ ਪੱਬੀ ਨਾਲ ਸਭ ਉੱਪਰ ਚੜੀ ਗਿਆ ਤੱਕ ਜੀ ਸਾਰੇ ਉਹ ਸਮਝੋ ਬੈਰੀਆ ਟੋਣ ਬੰਦੇ ਆ ਹੋਰ ਵੈਪਰ ਸ਼ਨੇ ਕਿਵੇਂ ਨੇ ਕਈ ਬੰਦੇ ਆਣੇ ਕਿ ਨੁਕਸਾਨ ਹੋਣਾ ਸਾਡੀ ਕਣਕ ਵੈਪਰ ਭੰਨੀ ਹੋਣੇ ਨੇ ਇਸ ਨੇ ਕੋਈ ਬਾਰੇ ਸਹੀ ਗੱਲ ਆ ਜਾ ਜਿਨ੍ਹਾਂ ਬੰਦਿਆਂ ਦੀ ਨਹੀਂ ਨਾ ਸਮਝ ਕੱਪੜੇ ਨਹੀਂ ਅੱਛਾ ਤਾਂ ਉਹ ਫਿਰ ਰਬੜ ਦਬੜ ਕਰੀ ਰਾਹ ਪਈ ਜਾਣੇ ਬਿਲਕੁਲ ਜਿਹੜਾ ਬੰਦਾ ਕਾਰੀਗਰ ਆ ਕੱਪੜੇ ਵਾਲਾ ਉਹ ਅੱਜ ਤੱਕ ਜੀ ਪੂਰੇ ਗਰਾਣੇ ਬੰਦੇ ਆ ਫਿਰ ਠੀਕ ਉਸੇ ਠੀਕ ਹੈ ਸ਼ੁਕਰ ਅਲਹਮਦੁਲਿਲਾ ਹੋਰ ਭਾਈ ਜੀ ਸੁਣ ਕੇ ਹਾਲ ਹੈ ਤੇ ਭਾਈ ਜੀ ਨੂੰ ਕੋਈ ਨਿਗਰਾਨੀ ਕਿੰਨੇ ਇਹ ਭਾਈ ਹੋਰ ਵੈਸੇ ਆ ਇਹਨਾਂ ਨੇ ਵੀ ਕੱਪੜੇ ਜੋਗੀ ਆ ਅੱਛਾ ਅਸਾਂ ਵੀ ਕੱਪੀ ਦਿਓ ਤਾਂ ਨਹੀਂ ਰੋਜੜਿਆ ਹਾਂ ਇਹ ਹੁਣ ਇਸ ਕੀ ਗੁੱਸਾ ਚੜਿਆ ਵਾ ਭਾਈ ਇਹਨਾਂ ਨੇ ਪਹਿਲੇ ਕੀ ਨਹੀਂ ਕਪਾਈ ਆ ਭਾਈ ਇਸ ਨੇ ਕੱਪੜ ਨਹੀਂ ਮਾੜੀ ਛੋੜੀ ਦਿੱਤੀ ਤੱਕ ਜੀ ਚਾਹਤੇ ਦਾ ਜਨਾਬ ਜੀ ਚੀਲਾ ਸਹੀ ਸੋਹਣਾ ਚੀਲਾ ਪਿਆ ਨੇ ਹਾਂ ਚਲੋ ਪੱਗ ਬਣਿਆ ਕਰੋ ਨਾ ਪੁਰਾਣੇ ਜ਼ਮਾਨੇ ਚ ਬੰਦੇ ਕਪਾਉਣੇ ਹੋਣੇ ਦਰਾਟੀਆਂ ਨਾਲ ਆਪੋ ਕੱਪੜੇ ਹੋਣੇ ਸਨ ਉਸ ਦੌਰ ਚ ਸਿਸਟਮ ਹੋਣਾ ਸੀ ਉਹਲੇ ਮਜ਼ੇ ਹੋਣੇ ਸੀ ਜਾਂ ਹੁਣ ਮਜ਼ੇ ਨਾ ਉਹਲਾ ਕਿਸੇ ਸਿਸਟਮ ਹੋਣਾ ਸੀ ਪੂਰਾ ਗ੍ਰਾਂ ਇਕੱਠਾ ਹੋਣਾ ਸੀ ਪੂਰਾ ਅਜੇ ਗੋਲ ਸਾਰੇ ਇੱਕ ਦੂਏ ਨਾਲ ਪਰਾਲਾ ਕਰਾਣੇ ਸਨ ਦਾ ਗਾਹ ਕਰਾਣੇ ਸਨ ਦਾ ਹੁਣ ਜੋ ਕੋਈ ਪਾਣੀ ਮੰਗਾ ਦਾ ਦੇਣੇ ਦਾ ਦੁਆ ਨਹੀਂ ਇਸ਼ਨਾ ਦਾ ਉਹਲਾ ਮੇ ਤੱਕ ਗੋਲ ਮੋਰ ਬੱਗੇ ਬਣਾਣੇ ਸਨ ਪੁੱਟੂ ਕਰਾ ਮੁੱਕ ਦਿੰਦੇ ਸਨ ਬਿਲਕੁਲ ਹੀ ਆ ਗਾ ਜੀ ਅਜੇ ਤੁਸੀਂ ਉਹ ਸਾਦਾ ਮੋਰ ਰੱਖਿਆ ਇਹਨਾਂ ਰੱਖਿਆ ਮਤ ਰੱਖਿਆ ਲੇਕਿਨ ਹਾਂ ਬਣਾਣਾ ਜੀ ਅਸਾਂ ਹੁਣ ਇਹਨਾਂ ਦਾ ਬਣਾਣੇ ਮਕਸਦ ਇਹ ਆ ਗਰਾਣੇ ਦੋ ਚਾਰ ਬੰਦੇ ਕੋਈ ਨਾਲ ਇਕੱਲੇ ਇਕੱਲੇ ਬੰਦੇ ਦੇ ਦੇਣਾ ਇਕੱਲੇ ਇਕੱਲੇ ਹੋ ਜਾਣਾ ਇਹ ਸਿਸਟਮ ਇਹਨਾਂ ਹਾਂ ਠੀਕ ਜੀ ਉਸ ਦਾ 8 8 10 10 ਬੰਦੇ ਗਰਾਣੇ ਨਾਲ ਹੋਣੇ ਸਨ ਆ ਇਸ ਤੋਂ ਬਾਅਦ ਮਾੜਾ ਨੰਬਰ ਹੈ ਜੀ ਇਸ ਤੋਂ ਬਾਅਦ ਮਾੜਾ ਨੰਬਰ ਹੈ ਹੁਣ ਗੱਲ ਇਹ ਹੈ ਕਿ ਮਤਲਬ ਆਣੇ ਨਾ ਆਪੂ ਟੋਲ ਮਾਰੋ ਆਪੂ ਹੀ ਨੱਚੋ ਆਪੂ ਟੋਲ ਮਾਰੋ ਆਪੂ ਹੀ ਨੱਚੋ ਜਿਹਦੀ ਟੈਕਨੋਲੋਜੀ ਬਾਰੇ ਜੀ ਬਣੇ ਨੇ ਕਿ ਆਣੇ ਮਜ਼ੇ ਨਾਲ ਸਿਸਟਮ ਸਾਰਾ ਹੈ ਉਹਨੂੰ ਸਿਸਟਮ ਹੈ ਆਪੂ ਟੋਲ ਮਾਰੋ ਆਪੂ ਹੀ ਨੱਚੋ ਤੇ ਤੈਨੂੰ ਉੱਥੋਂ ਬਾਕੀ ਜਨਾਬ ਚਾਚੇ ਉਹਨਾਂ ਰੱਖਿਆ ਚੀਲਾ ਮੈਂ ਦੇਣਾ ਰੱਖ ਦੂਰਾਂਗੀ ਚਾਚੇ ਚੀਲਾ ਕਿੰਨੇ ਆ ਹਾਂ ਤੈਨੂੰ ਦੱਸੋ ਜਨਾਬ ਡੁੱਬੀ ਗਿਆ ਮਤਲਬ ਸਿਸਟਮ ਬਣਾਉਣਾ ਸੀ ਕਿ ਆਈਆਂ ਬੰਨੀ ਇਹਨੂੰ ਮਨਾਈ ਗੱਡਵੇ ਧੋਣੇ ਹੋਣੇ ਘਰਾਂ ਚ ਤਾਂ ਹੁਣ ਨਾ ਉਹ ਬੰਦੇ ਰਹੇ ਨਾ ਉਹ ਦਿਹਾੜੇ ਰਹੇ ਨਾ ਉਹ ਗੱਲਾਂ ਰਹੀਆਂ ਬਿਲਕੁਲ ਬਾਕੀ ਆਪ ਜੀ ਤੁਸੀਂ ਕੀਆਂ ਸਹੀ ਖੜਕੇ ਹੋ ਹੈ ਰਹਿਣਾ ਬਸ ਵੈਸੇ ਜਨਾਬ ਮਿਸ਼ਾ ਤੁਹਾਨੂੰ ਕੋਈ ਬੁੜੀ ਹੈ ਜੀ ਹਾਂ ਬਿਲਕੁਲ ਤੀਆਂ ਖੁਸ਼ ਹੋਏ ਹੋ ਨਾ ਤਾਂ ਹੀ ਖੁਸ਼ ਹੋ ਅਗਰ ਬਸੋ ਜਿਹੜੀਆਂ ਕਣਕਾਂ ਕੋਈ ਸਿੱਜੀਆਂ ਨੇ ਕੋਈ ਇਹਨਾਂ ਵਿੱਚ ਦਾਣਾ ਰਿਹਾ ਜਾਂ ਖਤਮ ਹੋਈ ਆ ਸੀ ਜਿਹੜੀ ਕੱਪੀਆਂ ਸਿੱਜਣੇ ਨਾਲ ਤਾਂ ਨਹੀਂ ਖਤਮ ਹੋਣਾ ਨਹੀਂ ਨਹੀਂ ਜਿਹੜੀ ਕੱਪੀਆਂ ਸਿੱਜੀਆਂ ਸਨ ਮਤਲਬ ਨਾਸ ਪੈਣਾ ਕੱਖ ਵੀ ਨਹੀਂ ਹੋਣਾ ਉਹਨਾਂ ਵੀ ਅੱਛਾ ਕੱਪੀਆਂ ਪਈਆਂ ਸਿੱਜ ਸਨ ਜਿਹੜਾ ਵਾਸ਼ ਵਾ ਪੈ ਸੀ ਧੁੱਪ ਲੱਗ ਸੀ ਸੁੱਕ ਸਨ ਬਿਲਕੁਲ ਫਿਰ ਮੁੜੀ ਗਾਣ ਜਾ ਸਨ ਬਿਲਕੁਲ ਧੁੱਪ ਲੱਗੀ ਫਿਰ ਸਹੀ ਗੱਲ ਆ ਜੀ ਜਦੀਦ ਮਸ਼ੀਨਰੀ ਆ ਜੀ ਤੱਕ ਹੁਣ ਅੱਜ ਗੱਡੀਆਂ ਕਿਸ ਤਰ੍ਹਾਂ ਬੰਨੀਆਂ ਆਫ ਜੀ ਤੁਸੀਂ ਦੱਸੋ ਨਾ ਨਾਜ਼ਰੀਨ ਕੀ ਗੱਡੀਆਂ ਬੰਨੀਆਂ ਕਾ ਸਿਸਟਮ ਹੈ ਡੋਰੀ ਕਿਆ ਸਿਸਟਮ ਹੈ ਦੱਸੋ ਆ ਸਰ ਜੀ ਇਹਦੇ ਕੋਲ ਐ ਡੋਰੀ ਹੈ ਤੇ ਇਹ ਗੰਡ ਮਾਰਨੀ ਹੈ ਮਸ਼ੀਨ ਆਪੂ ਹੀ ਮਾਰਨੀ ਹੈ ਗੰਡ ਮਾਰਨੀ ਹੈ ਹਾਂ ਜੀ ਇਹ ਗੰਡ ਲੱਗੀ ਵੀ ਹੈ ਇਸ ਨਹੀਂ ਮਾਸ਼ਾਅੱਲਾ ਐ ਚੱਕ ਕਰੀ ਸਕਨੇ ਹੋ ਗੰਡ ਲੱਗੀ ਵੀ ਹੈ ਇਹ ਤੁਸੀਂ ਜਨਾਬ ਅਲੀ ਵੇ ਜਿਲੇ ਗਵਾਸ ਹੋ ਉਲੇ ਤੰਦ ਕੱਪੀ ਤੇ ਸੋ ਗੱਡੀ ਵੀ ਸੱਟੀ ਹੋ ਅਹ ਤੰਦ ਕੱਪੜੀ ਵਿੱਚ ਪਹਿਲੇ ਹਾਂ ਕੱਪੋ ਸਾਰਾ ਸੱਟੀ ਨਾ ਵੀ ਕੱਪੋ ਤੇ ਤਾਂ ਵੀ ਸਾਰੇ ਚੱਲੀ ਜਾਣੀ ਹੈ ਇਹ ਉੱਥੇ ਹੀ ਐ ਤੱਕੋ ਜੀ ਤੇ ਇਹ ਜਿਹੜੀ ਇਹ ਬੱਦੀ ਕੋਣ ਇਸ ਇਹ ਵੈਸੇ ਖੁੱਲੀ ਵੀ ਹੈ ਉਹ ਕੋਈ ਤਾਂ ਖੁੱਲੀ ਰਹੀ ਜਾਂਦੀ ਕਿਹਨੀ ਬਿਮਾਰੀ ਹੋ ਜਾਣੀ ਹੈ ਨਹੀਂ ਉਹ ਜਿਲਾ ਫੇਰ ਫੇਰ ਨਾ ਮੋੜੀ ਜਾਦਾ ਉਹਲਾ ਉਹ ਖੁੱਲੀ ਕੈਨ ਹੋ ਜੀ ਬਿਲਕੁਲ ਜੀ ਬਿਲਕੁਲ ਜੀ ਚਾਚੇ ਕੀ ਜਿਲਾ ਵਾਪਸ ਕਰਸਾ ਆਇਆ ਚਾਚਾ ਹੋਰ ਕੰਮ ਖਰਾਬ ਹੋ ਸੀ ਨਾ ਖਰਾਬ ਹੋ ਗਿਆ
ਆਹ ਪੂਰਾ ਚਿੱਲਾ ਆਪਣਾ ਮੀਂਹ ਆਪਣਾ ਦਿਓ ਜੀ।